ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਅਸ ਕਰਦੇ ਸਿਆਣੇ ਬਹੁਤ ਵਧੀਆ ਹੋਵੇ। ਸ਼ੁਰੂ ਕਰਦੇ ਅੱਜ ਦਾ ਵਲੋਗ। ਸਵੇਰੇ ਨਹੀਂ ਹੈਗੇ ਵੈਸੇ, 10-11 ਵੱਜ ਚੁੱਕੇ ਆ। ਅਤੇ ਅੱਜ ਵਲੋਗ ਲੇਟ ਸ਼ੁਰੂ ਕਰਨ ਦਾ ਕਾਰਨ ਇਹ ਆ ਕਿ ਸਵੇਰੇ ਲੇਟ ਉੱਠੇ, ਕਿਉਂਕਿ ਰਾਤ ਕੇ ਜ਼ਰੀਲਾ ਬਣਾ ਕੇ ਬਾਹਾਂ ਬੂਹਾਂ ਥੱਕ ਗਈਆਂ ਸੀਗੀਆਂ, ਉਹ ਰੋਟੀ ਰਾਟੀ ਖਾ ਕੇ ਹੁਣ। ਅਤੇ ਅੱਜ ਪਹਿਲੀ ਗੁੱਡ ਨਿਊਜ਼ ਇਹ ਆ ਕਿ ਸੂਰਜ ਹੁਣੀ ਨਿਕਲ ਆਏ ਆ। ਅਤੇ ਕਹਿੰਦੇ ਵੀ ਛੁੱਟੀ 'ਤੇ ਸੀਗੇ, ਸੂਰਜ ਹੁਣੀ ਗਏ ਹੋਏ ਸੀਗੇ ਕਿਤੇ, ਅਤੇ ਉਹ ਆਉਂਦੇ ਵੀ ਵਿਆਹੂ ਸੀਗਾ, ਅਤੇ ਉੱਥੇ ਫਿਰ ਤੁਹਾਨੂੰ ਬਣਾ ਕੇ ਹੋ ਗਏ ਖਾਧੀ ਪੀਤੀ ਦੇ ਵਿੱਚ, ਅਤੇ ਬਿਮਾਰ ਬਿਮੂਰ ਹੋ ਗਏ। ਅਤੇ ਫਿਰ ਉਹ ਤੋਂ ਬਾਅਦ ਮੁੜਨ 'ਚ ਕੈਮ ਹੋਣ 'ਚ ਟਾਈਮ ਲੱਗ ਗਿਆ, ਤਾਂ ਕਰਕੇ ਕਿ ਸੂਰਜ ਹੋਣਾ ਦੀ ਗੱਲ ਦੱਸ ਰਿਹਾ, ਉਹ ਅੱਜ ਆਏ ਆ ਨਾ। ਅਤੇ ਬਾਕੀ ਬਈ ਸ਼ੁਰੂ ਕਰ ਨਾ, ਵਿਆਹ ਗਿਆ ਹੋਇਆ ਸੀਗਾ ਤਾਂ ਕਰਕੇ ਉਹਨੂੰ ਦੱਸਿਆ ਆ, ਉਹਨੂੰ ਵਿਆਹ ਗਿਆ ਹੋਇਆ ਸੀਗਾ, ਉੱਥੇ ਫਿਰ ਆਉਂਦੇ ਬਿਮਾਰ ਬਿਮੂਰ ਹੋ ਗਏ, ਠੰਡ ਬਾਹਲੀ ਸੀਗੀ, ਉਹਦੇ ਕਰਕੇ ਟਾਈਮ ਲੱਗ ਗਿਆ। ਚਲੋ ਕੋਈ ਗੱਲ ਨਹੀਂ, ਰੋਟੀ ਰੋਟੀ ਖਾ ਲਈ, ਤਕਦੀਰ ਪਹਿਲਾਂ ਨੂੰ ਠੀਕ ਆ, ਕਿਉਂਕਿ ਇਹ ਜਿਹੜੀ ਵੈਕਸੀਨੇਸ਼ਨ ਹੁੰਦੀ ਆ ਨਾ, ਇਹ ਥੋੜ੍ਹੀ ਜਿਹੀ ਬੱਚੇ ਨੂੰ ਤੰਗ ਕਰਦੀ ਆ, ਅਤੇ ਪਰ ਫਿਲਹਾਲ ਹੁਣ ਠੀਕ ਆ। ਰਾਤ ਬਹੁਤ ਤੇਜ਼ ਬੁਖਾਰ ਹੋ ਗਿਆ ਸੀਗਾ ਇੱਕ ਵਾਰੀ, ਅਤੇ ਪਰ ਇਹਨੂੰ ਦਵਾਈ ਦਿੱਤੀ ਅਤੇ ਉਦੋਂ ਬਾਅਦ ਠੀਕ ਹੋ ਗਈ। ਅਤੇ ਹੁਣ ਕੀ ਨਾ, ਫਿਲਹਾਲ ਨਿਟਾਲ ਜੀ ਹੋਈ ਪਈ ਹੈ, ਜਿਵੇਂ ਬੱਚੇ ਨੂੰ ਐਂ ਹੋ ਜਾਂਦਾ ਵੀ ਪਤਾ ਨਹੀਂ ਕੀ, ਹੈ ਨਾ, ਸਰੀਰ ਆਪਣਾ ਵੀ ਐਂ ਹੋ ਜਾਂਦਾ ਬੁਖਾਰ। ਸਿਆਲਾਂ 'ਚ ਬਈ ਗਰਮੀਆਂ 'ਚ ਇਹ ਹੁੰਦਾ ਵੀ ਆਪਾਂ ਠੰਡੀ ਬਰਫ਼ ਮਲ ਦਿੰਦੇ ਹਾਂ ਟੀਕੇ 'ਤੇ, ਜਾਂ ਆਪਾਂ ਦੇਸੀ ਘਿਓ ਲਾ ਦਿੰਦੇ ਹਾਂ। ਸਿਆਲਾਂ 'ਚ ਇਕੱਲਾ ਦੇਸੀ ਘਿਓ ਹੀ ਹੁੰਦਾ ਆ, ਦੇਸੀ ਘਿਓ ਨਾਲ ਥੋੜ੍ਹਾ ਹੌਲੀ ਤੁਰਦਾ, ਬਟ ਜਦੋਂ ਆਪਾਂ ਬਰਫ਼ ਮਲਦੇ ਉਹਦੇ ਨਾਲ ਟੀਕਾ ਬਹੁਤ ਜਲਦੀ ਤੁਰਦਾ, ਕਿਉਂਕਿ ਜਿਹੜੇ ਦੇ ਪਹਿਲੇ ਵੈਕਸੀਨੇਸ਼ਨ ਹੋਈ ਹੈ ਸਾਰੀ ਗਰਮੀਆਂ 'ਚ ਹੋਈ ਸੀਗੀ, ਅਤੇ ਅਸੀਂ ਆਉਂਦੇ ਸਾਰੇ 'ਤੇ ਬਰਫ਼ ਮਲ ਦਿੰਦੇ ਸੀ, ਤਾਂ ਇੰਨੀ ਤੰਗ ਨਹੀਂ ਹੁੰਦੀ ਸੀ। ਐਤਕੀ ਸਿਆਲ ਕਰਕੇ ਪਹਿਲੀ ਵੈਕਸੀਨੇਸ਼ਨ ਆ, ਤਾਂ ਕਰਕੇ ਬਹੁਤ ਜ਼ਿਆਦਾ ਇਹਨੇ ਥੋੜ੍ਹਾ ਜਿਹਾ ਇੱਦਾਂ ਕੀਤਾ ਨਾ, ਕਿਉਂਕਿ ਟੀਕਾ ਨਹੀਂ ਤੁਰਿਆ ਅਤੇ ਹੱਥ ਲਗਾਉਂਦੀ ਨਹੀਂ ਸੀ ਇਹਨੂੰ, ਹੁਣ ਇੱਕ ਸੂਹ ਆਈ ਆ ਜਿਵੇਂ ਜਿਵੇਂ ਵੱਡੀ ਹੋਈ ਜਾਂਦੀ ਆ। ਹੁਣ ਸ਼ੁਗਰ ਆ 5 ਸਾਲਾਂ 'ਤੇ ਲੱਗਣਾ ਸਿੱਧਾ। ਚਲੋ, ਅਤੇ ਹੁਣ ਆਪਣੀ ਪਈ ਹੈ ਕੜਾਹੀ ਮਾਂਜਣ ਵਾਲੀ, ਉਹ ਕਿਉਂਕਿ ਮੇਰੀ ਡਿਊਟੀ ਆ, ਵੱਡੀ ਕੜਾਹੀ ਕਿਸ ਤੋਂ ਲੋੜ ਨਹੀਂ ਹੋਣੀ, ਠੰਡੇ ਪਾਣੀ ਨਾਲ ਇਸ ਕਰਕੇ ਮੈਂ ਮਾਂਜਣੀ ਆ। ਤੂੰ ਕਾਹਤੇ ਤਿਆਰ ਹੋਈ ਨਹੀਂ ਮੈਨੂੰ ਗੱਲ ਦੀ ਸਮਝ, ਜਾਣਾ ਤਾਂ ਪਰ ਰਜਾਈਆਂ ਦੇਣੇ ਆ, ਜਾਣਾ ਤਾਂ ਰਜਾਈਆਂ ਡਰਾਈ ਕਲੀਨ ਕਰਾਉਣੀਆਂ ਦੇਣੇ ਆ, ਤਿਆਰ ਹੋਣ ਲੱਗ ਗਈ। ਕਮਾਲ ਆ ਯਾਰ, ਕਮਾਲ ਹੈ, ਕਮਾਲ। ਠੰਡ ਵਾਲੀ ਵੀ ਬਹੁਤ ਜ਼ਿਆਦਾ ਆ ਬਈ, ਇੰਨੀ ਜ਼ਿਆਦਾ ਠੰਡ, ਉੱਤੋਂ ਹੜਤਾਲ ਆ ਗਿਆ। ਤੇ ਹੁਣ ਤੁਹਾਨੂੰ ਗੱਲ ਦੱਸੀਏ, ਉਹਦੇ ਆਪਾਂ ਟੈਂਕੀ ਭਰਾ ਲਈ ਤੇਲ ਦੀ, ਅਤੇ ਉਹਦੇ ਬਾਅਦ ਪੰਜਾਬ ਗੌਰਮੈਂਟ ਨੇ ਕਹਿਤਾ ਵੀ ਇਸ ਤਾਂ ਲਾਗੂ ਨਹੀਂ ਕਰਦੇ, ਇਹ ਜਿਹੜਾ ਵੀ ਕਾਨੂੰਨ ਆਇਆ ਗਾ ਉਹ ਚੱਲੀ, ਹੜਤਾਲ ਚੱਲੀ ਨਹੀਂ, ਪਰ ਪੰਜਾਬ ਦੇ ਵਿੱਚ ਨੋਰਮਲ ਹੋ ਗਈ ਹੈ, ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਹਿਤਾ ਵੀ ਅਸੀਂ ਲਾਗੂ ਨਹੀਂ ਕਰਦੇ ਇਹ ਕਾਨੂੰਨ ਜਿਹੜਾ ਗਲਤ ਆ, ਅਤੇ ਉਹਦੇ ਬਾਅਦ ਨੋਰਮਲ ਹੋ ਗਿਆ ਤੇਲ ਮਿਲਣ ਲੱਗ। ਚਲੋ ਕੋਈ ਗੱਲ, ਟੈਂਕੀ ਭਰਾਈ ਪਈ ਆ, ਆਪਣਾ ਕਿਹੜਾ ਡੀਕ ਹੋਣ ਲੱਗਿਆ, ਅਤੇ ਹੁਣ ਕਈ ਦਿਨ ਤੇਲ ਨਹੀਂ ਪਾਉਣਾ ਪਊਗਾ। ਚੱਲ ਵਧੀਆ, ਆਹ ਵੀ ਹੋ ਗਿਆ ਮੇਰਾ ਭੋਲੂ ਕਾਕਾ, ਠੀਕ ਆ। ਲਓ ਵੀ ਰੱਖਤੀਆਂ ਰਜਾਈਆਂ ਅੱਜ ਬਹੁਤ ਦਿਨਾਂ ਬਾਅਦ, ਵੈਸੇ ਮੈਂ ਇਹ ਚੀਜ਼ ਪਿੱਛੇ ਬਹੁਤ ਗਾਲਾਂ ਦੀਆਂ ਜੋ, ਕਿਉਂਕਿ ਬਹੁਤ ਦਿਨਾਂ ਦੀ ਕੀ ਬਹੁਤ ਮਹੀਨਿਆਂ ਦੀ ਜ਼ੋਰ ਕਹਿੰਦੀ ਪਈ ਆ ਕਿ ਰਜਾਈਆਂ ਆਪਾਂ ਫੜਾ ਕੇ ਆਉਣੀਆਂ, ਪਰ ਮੈਂ ਨਿਆਂ ਨਹੀਂ ਦਿੱਤਾ। ਹੁਣ ਅੱਜ ਫਾਈਨਲੀ ਉਹ ਦਿਨ ਆ ਹੀ ਗਿਆ ਜਦੋਂ ਰਜਾਈਆਂ ਪਾਉਣ ਲਓ ਵੀ ਪਣਸਾਰੀਆਂ ਦੇ ਪਣਸਾਰੀ ਮੂੰਗੀ ਪਣਸਾਰੀ। ਕੀ ਲੈਣਾ? ਇੱਕ ਲਿਆ ਉਹ ਪਕੌੜੇ, ਇੱਕ ਲਿਆ ਆਲੂ ਭੁਜੀਆ, ਤੇ ਇੱਕ ਕੈਚਪ, ਤੇ ਰੱਬ ਤੇਰਾ ਭਲਾ ਕਰੇ ਤੇਲ ਹੈ ਨੀਗਾ, ਹੋਰ ਬਿਸਕੁਟ ਹੈ ਨੀਗੇ, ਉਹ ਵੀ ਸੌਦਾ ਪੱਤਾ ਰੱਖ ਲਿੱਤਾ। ਹਾਂਜੀ, ਕਰੀ ਜਾਂਦਾ ਪਤਾ ਨੀ ਕੌਣ।
ਕੋਈ ਗੱਲ ਨੀ, ਫੋਨ ਹੀ ਤਾਂ। ਕੀ ਕੀ ਲਿਆਂਦਾ? ਪਕੌੜੀਆਂ ਲਿਆਂਦੀਆਂ। ਪਕੌੜੀਆਂ ਨੀ, ਲਸਣ ਪਕੌੜੀਆਂ। ਉਹ ਤਾਂ ਲਈ ਦੇ ਵਾਸਤੇ ਲਿਆਉਣੀਆਂ ਹੀ ਸੀ। ਤੇ ਪੁਜ ਤੇਰਾ ਪਾਪੜੀ ਲਿਆਂਦੀ, ਪਾਪੜੀ ਲਿਆਉਣੀ ਸੀ। ਦੂਜਾ ਲਿਆਂਦਾ ਕੀ? ਕੈਚਪ ਤੇ ਮਾਇਓਨੇਜ਼ ਤੇ ਤੇਲ ਤੇ ਪਕੌੜੀਆਂ ਕਹਤਾ ਪਕੌੜੇ ਪਕੌੜੀਆਂ ਦਹੀਂ ਚ ਪਾਉਣ ਵਾਲੀਆਂ। ਉਹ ਤਾਂ ਘਰੇ ਪਈ ਹੈ, ਹੈਗਾ ਬੁੰਦੀ ਦਾ ਪੈਕ ਖਤਮ ਹੋ ਗਿਆ ਤੇ ਖਾ ਤਾਂ ਲਿਆ ਪਾ ਕੇ ਸਾਰਾ। ਚੱਲ ਕੋਈ ਨਹੀਂ, ਉਹ ਲੈ ਲੈਣੇ। ਕੋਈ ਦਿਨ ਦਾ ਇਹਨਾਂ ਨੂੰ ਉਹ ਕਰਾਉਣੇ ਡਰਾਈ ਕਲੀਨ, ਕੱਪੜੇ, ਸੂਟ, ਬੂਟ। ਤੇ ਆਪਾਂ ਲੈਣਾ ਹੈ ਰਜਾਈਆਂ। ਕੰਬਲ ਦਿੱਤਾ ਪਹਿਲਾਂ, ਇਹਦਾ ਰਿਐਕਸ਼ਨ ਚੈੱਕ ਕਰ। ਮੈਂ ਰਜਾਈਆਂ ਲੈ ਕੇ ਆਵਾਂ। ਔਰ ਰਜਾਈ ਕਰਦੇ ਆ, ਰਜਾਈ ਆ। ਜੈਕਟ ਵੀ ਦੇਣੀ ਉੱਤੇ ਸਿੱਟੀ ਹੈ ਚੌਥ। ਹੈਂ, ਜੈਕਟ ਵੀ ਦੇਣੀ ਹੈ? ਲਓ ਵੀ ਮਿੱਤਰੋ, ਆਪਣਾ ਕੰਮ ਗਿਆ ਹੋ। ਉਹ ਕਹਿੰਦਾ ਵੀ ਬਈ ਜੇ ਤਾਂ ਮੌਸਮ ਹੋ ਗਿਆ ਸਾਫ, ਫਿਰ ਤਾਂ ਹੋ ਜੂ ਇੱਕ ਤੋਂ ਦੋ ਦਿਨਾਂ ਦੇ ਵਿੱਚ, ਪੰਜ ਦਿਨਾਂ ਦੇ ਵਿੱਚ, ਤੇ ਨਹੀਂ ਆਂਦਾ ਹਫ਼ਤੇ ਤੱਕ ਮਿਲੂਗੀ। ਠੀਕ ਹੈ, ਫਿਰ ਕਹਿ ਇੱਕ ਤੈਨੂੰ ਹੋਰ ਦੇ ਕੇ ਜਾਵਾਂਗੇ ਜਿਹੜੀ ਲਾਈ ਹੋਈ ਆ ਘਰੇ। ਉਹ ਕਦੇ ਕਰਾਉਣੀ ਉਹਨੂੰ ਕੀ ਹੈ? ਹਫ਼ਤੇ 15 ਦਿਨਾਂ 'ਚ ਗੰਦੀ ਹੋ ਗਈ, ਉਹ ਵੀ ਉਹਦਾ ਵੀ ਨਾਸ ਵੱਢ ਹੋ ਜਾਣਾ। ਉਹ ਮੈਂ ਕੀ ਉੱਥੋਂ ਪੁੱਛ ਕੇ ਦੇਖੀਏ ਛਾੜ। ਪੀਤੇ ਨੇ ਅੱਜ ਸਵੇਰੇ ਸਵੇਰੇ ਇੱਕ ਕੰਮ ਕਿਹਾ ਸੀਗਾ, ਇਸ ਕਰਕੇ ਫਿਰ ਆਪਾਂ ਚੱਲ ਸੋਚਿਆ, ਨਾਲੇ ਬਾਹਲੇ ਦਿਨ ਹੋ ਗਏ ਜਾ ਕੇ ਨਹੀਂ ਆਏ। ਤੇ ਜਾ ਕੇ ਪਰਸੋਂ ਚੌਥੇ ਵਜੇ ਤਾਂ ਆ ਕੇ ਗਏ, ਉਹਦੀ ਗੱਡੀ ਚੇਂਜ ਕਰਕੇ, ਪਰ ਉਹਦੀ ਕਾਲੀ ਸੀਗੀ। ਤੇ ਹੁਣ ਮੈਂ ਕਿਹਾ ਵੀ ਅੱਜ ਚੱਲ ਜਾ ਹੀ ਆਉਣੇ ਆ, ਤੇ ਨਾਲੇ ਚੱਲ ਗੱਲਾਂ ਬਾਤਾਂ ਮਾਰਾਂਗੇ। ਕੌਣ ਖੋਲਦਾ ਬੂਆ? ਖੋਲਦਾ ਓਏ, ਦਿਲ ਖੁਸ਼ ਫੋਨ ਨਾਲ ਆਈ ਜਾਂਦਾ ਸੀ। ਉਹ ਤਾਂ ਦੁੱਧ ਦਾ ਡੱਬਾ ਮੰਗਾਇਆ ਸੀ ਇਹਦਾ। ਪੀਤੇ ਨੇ ਖੋਲਿਆ ਬੂ, ਪੀਤੇ ਵਲੌਗਰ, ਪੀਤੇ ਕੰਬਲ ਚ ਨਿਕਲ ਕੇ ਆਈ ਲੱਗਦਾ ਵਿਆਹ ਵਾਲੀ ਬਈ। ਚਲੋ ਟੈਂ ਬੱਬੂ ਵਿਆਹ ਤੜਕੇ ਟਾਈਟਲ ਇਹੀ ਲਾਉਣਾ ਕਰ ਲਿਆ ਮੇਰੇ ਨੂੰ। ਮੈਂ ਕਹਿੰਦੀ ਕੋਈ ਗੱਲਬਾਤ ਤਾਂ ਕਰੋ, ਮੇਰੇ ਸਾਹਮਣੇ ਬਣੂਗਾ ਮੇਰਾ ਗੱਲ ਤਾਂ। ਬੱਬੂ ਦਾ ਵਿਆਹ ਵੀ ਕਰਤਾ, ਸਾਨੂੰ ਦੱਸਿਆ ਹੀ ਨਹੀਂ। ਟੈਂ ਟੈਂ ਸਿੱਧੂ ਫੋਟੋਗ੍ਰਾਫੀ ਬੰਦੇ ਦਾ ਤਕੜੇ ਹੀ ਲੱਗਦੇ ਫੋਟੋਗ੍ਰਾਫੀ ਵਾਲੇ, ਹੈ ਨਾ? ਪੂਰੀ ਵਧੀਆ ਨਹੀਂ, ਕਮਾਣ ਨੀ ਲਾਇਆ ਜੇ ਇਹਨਾਂ ਨੇ। ਕਾਪੀਰਾਈਟ ਆਉਣਾ ਇਹ ਤਾਂ। ਭੱਜੀ ਕਿਵੇਂ ਫਿਰਦੀ ਹੈ? ਸਹੀ ਗੱਲ ਹੈ। ਲਓ ਵੀ ਆ ਗਈ ਬੈਲ ਬੰਬ ਮਿੱਤਰੋ। ਪਹਿਲੇ ਦਿਨ ਵੀਰੇ ਤੁਹਾਡੀ ਸਟ੍ਰੀਕ ਦੇਖੀ ਸੀ, ਗਈ ਬੱਬੂ ਦੇ ਸਹੁਰਿਆਂ ਵਾਲਾ ਕੋਲ।
ਪਾਈਆਂ ਸਟ੍ਰੀਕਾਂ ਪਾਈ ਪਾਈ ਦੀਆਂ ਤਕਦੀਰ ਨਾ ਪੁੱਤ ਓਏ ਖੜ ਜਾ ਕਰਾਂ ਉਹ ਸਿੱਟੂ ਗਈ ਦੂਜੀ ਲੈ ਕੇ ਜਾਣੀ ਸੀਗੀ ਉਹ ਜਿਹੜੀ ਦਿਲਕੋ ਦੇ ਵਿਆਹ ਲੈ ਕੇ ਗਏ ਸੀਗੇ ਵਿਆਹ ਵਾਲੇ ਹੈ ਨਾ ਸਾਡੀ ਸੋਚ ਚ ਫੋਟੋ ਖਿੱਚੀ ਸੀ ਇੱਥੇ ਤੱਕ ਪਹੁੰਚ ਗਈ ਮੇਰੀ ਹਜੇ ਤੱਕ ਇੱਕ ਨਹੀਂ ਹੈਗੀ ਮੈਨੂੰ ਊ ਵੀ ਦੇ ਦਿਓ ਫੋਟੋ ਨਹੀਂ ਨਹੀਂ ਬਾਈ ਬਹੁਤ ਸੋਹਣੀ ਲਾਈ ਹੈ ਦੋ ਹੀ ਫੋਟੋਆਂ ਆਇਆ ਬਸ ਜੋਤ ਦੀਆਂ ਕਹਿੰਦਾ ਨਾ ਪੂਰੇ ਹੁੰਦੀ ਪੂਰਾ ਹੁੰਦੀ ਆ ਪੂਰਾ ਹੀ ਨਹੀਂ ਹੋਈ ਪੂਰੇ ਪੂਰੇ ਕਿੰਨੀ ਕੋਈ ਦੋ ਵਾਰ ਹੀ ਹੋਈਆਂ ਦੋ ਹੀ ਫੋਟੋਆਂ ਚਲੋ ਜੀ ਐਡੀ ਮੇਰੀ ਬਾਤ ਉੱਤੋਂ ਪੈ ਗਈ ਰਾਤ ਕਲੈਪਿੰਗ ਚਲ ਆਇਆ ਬਾਹਰ ਮੈਂ ਕੌਣ ਖਾਮੋ ਖਾਂ ਕਿੱਥੇ ਕਿੱਥੇ ਚੱਲੇ ਤੁਸੀਂ ਬਾਜੀ ਚਿਕਨ ਵਾਲੇ ਖਾਣਾ ਦੂਜੇ ਨੀ ਖਾਂਦਾ ਮੈਂ ਖਵਾਉਂਦਾ ਵੀ ਨੀ ਹੁੰਦਾ ਆ ਗਏ ਪੈਸੇ ਖਰਚਣ ਬੋਬੀ ਦੀ ਰੇਹੜੀ ਤੇ ਬੋਬੀ ਨੇ ਬਿਜ਼ਨਸ ਖੋਲ ਲਿਆ ਬੋਬੀ ਦਾ ਪੈਸੇ ਲੈਣ ਹੀ ਆਉਂਦਾ ਹੈ ਨਾ ਬੋਬੀ ਨੇ ਬਿਜ਼ਨਸ ਖੋਲ ਲਿਆ ਬਈ ਸਪੋਰਟ ਕਰੋ ਦੱਬ ਕੇ ਬੋਬੀ ਦਾ ਆੜੀ ਪਹਿਲੇ ਖੜਾ ਸਹੀ ਗੱਲ ਹੈ ਲੋਕ ਲੋਕ ਕੇ ਖਾਂਦਾ ਉੱਥੇ ਖਾਣਾ ਉਹ ਬੋਬੀ ਕਰਕੇ ਇਹ ਕਹਿੰਦਾ ਮੈਂ ਤਾਂ ਖਾਂਦਾ ਹੀ ਨਹੀਂ ਕੁਝ ਇਹਨੂੰ 50 ਵਾਰੀ ਗੋਲ ਗੱਪੇ ਖਾਂਦਿਆਂ ਨੂੰ ਫੜਿਆ ਸੀ ਉੱਪਰ ਦੀ ਗੋਲ ਗੱਪੇ ਬਹੁਤ ਖਾਂਦਾ ਕਹਿੰਦਾ ਕੁੜੀਆਂ ਹੀ ਖਾਂਦੀਆਂ ਅੱਜ ਖੇਡਣ ਲੱਗੀ ਆ ਇੰਨੀ ਡਰ ਗਈ ਨਾ ਸਹਿਮ ਗਈ ਕੁੜੀ ਜਦੋਂ ਟੀਕਾ ਲਾਇਆ ਨਾ ਉਹਨਾਂ ਨੇ ਤਾਂ ਉਹਦੇ ਨਾਲ ਇਹ ਪਤਾ ਨੀ ਕਿਉਂ ਇੰਨੀ ਇਸ ਵਾਰੀ ਇੰਨਾ ਸਹਿਮ ਗਈ ਇੰਨਾ ਡਰ ਗਈ ਵੀ ਪਤਾ ਨੀ ਇਹਨੂੰ ਐਂ ਜੇ ਹੋ ਗਿਆ ਵੀ ਦੋ ਤਿੰਨ ਦਿਨ ਮੰਨ ਕੇ ਚਲੋ ਦੋ ਦਿਨ ਹੋ ਗਏ ਦੋ ਦਿਨ ਜਮਾਂ ਐਂ ਖੇਡੀ ਨਹੀਂ ਜਮਾਂ ਹੀ ਐਂ ਮਤਲਬ ਰਹੀ ਪਹਿਲੇ ਦਿਨ ਤਾਂ ਬੇਕਾਰ ਹੋਇਆ ਨਾ ਦੂਜੇ ਦਿਨ ਤਾਂ ਐਂ ਬਹੁਤ ਜ਼ਿਆਦਾ ਡਰੀ ਰਹੀ ਹੁਣ ਹਜੇ ਹੁਣ ਅੱਜ ਪੂਰਾ ਖੇਡਣ ਲੱਗੀ ਆ ਪਰ ਹਜੇ ਵੀ ਜਦੋਂ ਇਹਨੂੰ ਕੋਈ ਉਹ ਕਰ ਦਿੰਦਾ ਨਾ ਤੇ ਇਹ ਉਹਨਾਂ ਨੇ ਨਾ ਪਤਾ ਇਹਨੂੰ ਕੀ ਕੀਤਾ ਉਹਨਾਂ ਨੇ ਦੋਨਾਂ ਪਾਸੇ ਉਹਨੂੰ ਘੁੱਟ ਕੇ ਫੜ ਲਿਆ ਇੱਕ ਨੇ ਬਾਹਾਂ ਫੜ ਲਈਆਂ ਇੱਕ ਨੇ ਲੱਤਾਂ ਫੜ ਲਈਆਂ ਡਰ ਗਈ ਨਾ ਤਕਦੀਰ ਤਕਦੀਰ ਨਾ ਪੁੱਤ ਨਹੀਂ 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 ਗੰਦੇ ਕੰਮ ਨਹੀਂ ਕਰਨ ਉਰੇ ਆ ਜਾ ਗੱਲ ਸੁਣ ਉਰੇ
ਲਾਡੀ ਲਾਡੀ ਦੇਖ ਮੈਨੂੰ ਏਅਰਪੋਰਟ ਭੇਜਣੇ ਆ, ਇੱਕ ਸਟੇਟਨਰ ਭੇਜਣਾ, ਇੱਕ ਪੰਡੋਰਾ, ਤਿੰਨ ਚੀਜ਼ਾਂ ਮੇਰੀਆਂ ਹਜੇ ਤੱਕ ਕਨਫਰਮ ਹੋਈਆਂ ਆ, ਬਾਕੀ ਹੌਲੀ ਹੌਲੀ ਮੇਰੀ ਵਿਸ਼ ਲਿਸਟ 'ਚ ਮੈਂ ਦਰਜ ਕਰੀ ਜਾਣੀ ਆ। ਕਿਉਂ ਜਦੋਂ ਮੇਰੇ ਤੋਂ ਮੰਗਵਾਉਂਦਾ ਹੁੰਦਾ ਸੀ ਤਾਂ ਮੈਂ ਕਿਡਨੀਆਂ ਵੇਚ ਕੇ ਭੇਜ ਦਿੱਸ ਤੈਨੂੰ। ਚਲੋ ਤੇ ਬਾਕੀ ਆਪਾਂ ਮਿਲਦੇ ਜੀ ਨਵੇਂ ਵਲੋਗ ਦੇ ਨਾਲ। ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਲਾਈਕ, ਸ਼ੇਅਰ, ਕਮੈਂਟ ਕਰਕੇ ਜ਼ਰੂਰ ਦੱਸਿਓ ਵਲੋਗ ਕਿੱਦਾਂ ਲੱਗਿਆ, ਅਤੇ ਉਹ ਕਰਦੇ ਹਾਂ ਵਲੋਗ ਵਧੀਆ ਲੱਗਦੇ ਹੋਣਗੇ। ਅਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਘੈਂਟ ਘੈਂਟ ਵਲੋਗ ਆਉਣ ਵਾਲੇ ਆ, ਕਿਉਂਕਿ ਬਹੁਤ ਸਾਰੇ ਫੇਰ ਤੋਂ ਸਰਪ੍ਰਾਈਜ਼ ਤੁਹਾਡੇ ਲਈ, ਠੀਕ ਹੈ, ਆਉਣ ਵਾਲੇ। ਅਤੇ ਹੁਣ ਇੱਧਰ ਗੱਲਾਂ ਬਾਤਾਂ ਚੱਲ ਰਹੀਆਂ ਉੱਚੀ ਉੱਚੀ ਬਹੁਤ ਜ਼ਿਆਦਾ ਜ਼ੋਰ ਨਾਲ, ਅਤੇ ਤਕਦੀਰਾਂ ਦੇਖ ਰਿਹਾ ਮਾਸ਼ਾ ਐਂਡ ਦਾ ਕਹਿੰਦਾ ਤੂੰ ਮੈਨੂੰ ਕਹਿੰਦਾ ਨਾਇਕੀ ਦਾ ਸ਼ਾਰਟਸ ਭੇਜੇ ਸੀ, ਜੋਰਡਨ ਦੀਆਂ ਚੱਪਲਾਂ ਭੇਜੀਆਂ ਸੀਗੀਆਂ, ਆਖੇ 3,000 ਹਰੇਕ ਮਹੀਨੇ ਪੈਸੇ ਭੇਜਦੀ ਸੀ, ਫੋਨ ਲੈ ਕੇ ਦਿੱਤਾ ਟੈਟੂ ਬਣਾ ਕੇ, ਕਹਿੰਦਾ ਦਿੱਤਾ ਕੀ ਆ ਤੂੰ ਮੈਨੂੰ ਕਿੱਡਾ ਕਮੀਨਾ। ਚਲੋ ਬਾਏ ਬਾਏ ਜੀ।